ਅੰਮ੍ਰਿਤਸਰ ਦੇ ਹਲਕਾ ਬਾਬਾ ਬੁਕਾਲਾ 'ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ਦੀ 2 ਨੌਜਵਾਨਾਂ ਵੱਲੋਂ ਉਸਦੇ ਘਰ ਦੇ ਮੂਹਰੇ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਸੰਦੀਪ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਕਰੀਬ 9 ਵਜੇ 2 ਨੌਜਵਾਨ ਘਰ ਦੇ ਬਾਹਰ ਖੜੇ ਉਸਦੇ ਬੇਟੇ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ ਅਤੇ ਸੰਦੀਪ ਦੀ ਇਲਾਜ ਦੌਰਾਨ ਹੀ ਮੌਤ ਹੋ ਗਈ। ਬੱਚਿਆਂ ਦਾ ਕੋਈ ਆਪਸ ਰੰਜਿਸ਼ ਸੀ ਜਾਂ ਆਪਣੇ ਲੜਾਈ ਝਗੜਾ ਮਾੜਾ ਮੋਟਾ ਕੋਈ ਬਹੁਤਾ ਜ਼ਿਆਦਾ ਵੱਡਾ ਨਹੀਂ ਹੈਗਾ। ਬੱਚੇ 2 ਆਏ, ਚਲੋ ਉਹਨਾਂ 'ਚੋਂ ਇੱਕ ਬੰਦਾ ਪੁਲਿਸ ਨੇ ਫੜ ਵੀ ਲਿਆ ਵਾ, ਉਹ ਗੋਲੀ ਮਾਰ ਕੇ ਸਾਡੇ ਘਰ ਦੇ ਬੂਹੇ ਗੜੀ ਚਲੇ ਗਏ ਸਰ। ਕਿਉਂ ਮਾਰੀ ਗੋਲੀ? ਇਹੋ ਕੋਈ ਉਹਨਾਂ ਦਾ ਕੋਈ ਲੜਾਈ ਝਗੜਾ ਮਾੜਾ ਮੋਟਾ ਹੋਊਗਾ ਸਰ। ਜਿਹਨੇ ਗੋਲੀ ਮਾਰੀ ਉਹ ਕੌਣ ਆ? ਉਹ ਸਰ ਗੁਰਪ੍ਰਤਾਪ ਆ, ਕੋਈ ਪੁਲਿਸ ਦੱਸ ਰਹੀ ਆ ਛਠਿਆਲੇ ਦਾ। ਗੈਂਗਸਟਰ ਆ? ਨਹੀਂ ਸਰ, ਕੋਈ ਐਡਾ ਵੱਡਾ ਗੈਂਗਸਟਰ ਤਾਂ ਨਹੀਂਗਾ, ਬਿਲਕੁਲ ਨਾਰਮਲ ਜਿਹਾ ਬੱਚਾ ਸਰ। ਇਸ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਅਜੇ ਇਹਨਾਂ ਦੇ ਕੋਈ ਆਪਸ ਪਹਿਲੇ ਸੀਗੀ ਮਾੜੀ ਭੂਰੀ, ਦੋਵਾਂ ਜੀਆਂ ਦੀ, ਦੋਵਾਂ ਜਣਿਆਂ ਦੇ ਮੁੰਡਿਆਂ ਦੀ ਜਿਹਨੇ ਗੋਲੀ ਮਾਰੀ ਹੈ ਨਾ, ਇਹਨਾਂ ਦੀ ਕਿਤੇ ਤਰੀਕ ਸੀਗੀ ਅੰਮ੍ਰਿਤਸਰ ਮੁੰਡੇ ਜਿਹੜੇ ਮਰਨ ਵਾਲੇ ਦੀ, ਉਹਨਾਂ ਦੇ ਉੱਥੇ ਕੋਈ ਤੋਂ ਮੈਂ ਮਾਤਰ ਨੂੰ ਆਈ ਸਾਵੀਂ ਪਿੰਡ ਜਾ ਕੇ ਉਹਨਾਂ ਨੇ ਫਿਰ ਬਾਬਾ ਬਕਾਲਾ ਸਾਹਿਬ ਨੂੰ ਬੁਲਾ ਕੇ ਅਤੇ ਗੋਲੀਆਂ ਮਾਰੀਆਂ। ਦੋ ਕਾਹਦੀ ਲੜਾਈ ਝਗੜਾ ਸੀ? ਉਹ ਨਹੀਂ ਪਤਾ, ਜੋ ਸੀਨੀਅਰ ਅਫਸਰ ਨੂੰ ਪਤਾ ਸਾਡਿਆਂ ਨੂੰ। ਅਤੇ ਕੀ ਮਾਮਲਾ ਦਰਜ ਕੀਤਾ? 302 34 IPC 25-58। ਫਿਲਹਾਲ ਇਸ ਕਤਲ ਕੇਸ ਵਿੱਚ ਪੁਲਿਸ ਨੇ ਇੱਕ ਦੋਸ਼ੀ ਗੁਰਪ੍ਰਤਾਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਅੰਮ੍ਰਿਤਸਰ ਤੋਂ ਸ਼ਮਸ਼ੇਰ ਸਿੰਘ ਦੀ ਰਿਪੋਰਟ।